ਰਾਤ ਤੇਰਾ ਤੱਕਣੀਆਂ ਲਾਏ ਓ ਤਾਰੀਆਂ ਤੂੰ ਪੁੱਛ ਚੰਨਵੇ ਕਿਉਂ ਤੇਰੇ ਪਿੱਛੇ ਹੋਈਆਂ ਤਬਾਏ ਓ ਲਾਰੀਆਂ ਤੂੰ ਪੁੱਛ ਚੰਨਵੇ ਲੈ ਹੁਣ ਦੱਸ ਦੇਣਾ ਪ੍ਰੀਤੋ ਨੂੰ ਵੀ ਕਿਵੇਂ ਕਮਾਈ ਕਰੀ ਦੀ ਹੈ ਕਹਿੰਦੀ ਤੂੰ ਕਮਾਈ ਨੀ ਕਰ ਸਕਦਾ ਕਰਤੀ ਉਹ ਮੈਨੂੰ ਕਿਹਾ ਤੂੰ ਆਜਾ ਬਹੁਤ ਨਾਲ ਲਿਬੜ ਮਿਲੇ ਓਏ ਅਮਲੀਆ ਤੂੰ ਇੱਥੇ ਕਿਵੇਂ ਕਿੱਲੇ ਗੋਏ ਵਾਂਗੂ ਬੈਠਾ ਨਾ ਕੋਈ ਕੰਮ ਨਾ ਕਾਜ ਪਹਿਲਾਂ ਮੱਖੀਆਂ ਮਾਰੀ ਜਾਂਦਾ ਓਏ ਮਲੂ ਕਿਹਾ ਤੂੰ ਤੇ ਆਪਣੇ ਪਿਓ ਦੇ ਮਾਲ ਦੇ ਕਰਦਾ ਹੈ ਐਸ਼ ਤੇ ਸਾਨੂੰ ਵੇਲਾ ਕਿ ਨਹੀਂ ਅਸੀਂ ਤੇ ਬਿਜ਼ਨਸ ਕਰਨ ਦੀ ਸੋਚ ਰਹੇ ਬਿਜ਼ਨਸ ਬਿਜ਼ਨਸ ਹਾਂ ਓਏ ਅਮਲੀਆ ਜੇ ਤੂੰ ਬਿਜ਼ਨਸ ਕਰਨ ਨੂੰ ਫਿਰਦਾ ਹੈ ਤਾਂ ਤੂੰ ਮੇਰੇ ਨਾਲ ਰਾਜ ਜਾਗਾ ਯਾਰ ਤਰਕੀਬ ਤੈਨੂੰ ਸਾਰੀ ਮੈਂ ਦੱਸ ਦਿੰਦਾ ਚੰਗਾ ਫਿਰ ਹੋ ਜਾ ਤੇਰੇ ਕੋਲੇ ਬਾਜ਼ਾਰ ਕਿੰਨਾ ਹੈ 500 ਰੁਪਏ ਬਹੁਤ ਹੈ ਆਪੇ ਕੰਮ ਸਰਜੂ ਇਸ ਨਾਲ ਆਪਾਂ ਕਰਾਂਗੇ ਲੱਡੂਆਂ ਦੀ ਦੁਕਾਨ ਓਹੋ ਸਾਡੀ ਵਧ ਜਾਊ ਸ਼ਾਨ ਮੈਂ ਤੇਰੇ ਤੇ ਆ ਮਿਹਰਬਾਨ ਅਸੀਂ ਤੇਰੇ ਆ ਕਦਰਦਾਨ ਓਏ ਅਮਲੀਆ ਮੈਂ ਤੇਰੇ ਨਾਲ ਲੱਡੂਆਂ ਦੀ ਹਿੱਸੇਦਾਰੀ ਕੀਤੀ ਹੈ ਕਿ ਸ਼ਹਿਰ ਵੀ ਮੇਰੇ ਨਾਲ ਹੀ ਕਰਨ ਲੱਗ ਗਿਆ ਚੱਲਦਾ ਹੈ ਚੱਲਦਾ ਚੱਲ 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 ਆਪਾਂ ਕਿਸੇ ਨੂੰ ਲੱਡੂ ਉਧਾਰ ਨਹੀਂ ਦੇਣੇ ਤੂੰ ਵੀ ਨੀ ਦੇਣੇ ਕਿਸੇ ਨੂੰ ਉਧਾਰ ਮੈਂ ਯਾਰ ਕਮਲਾ ਹੋਇਆ ਜੇ ਉਧਾਰ ਦੇਊਂਗਾ ਲੜਕੀ ਅਮਲੀਆ ਯਾਰ ਇੱਕ ਲੱਡੂ ਖਾ ਲਾ ਨਗਦ ਪੈਸੇ ਦੇ ਦੇ ਉਧਾਰ ਰਕਮ ਨੀ ਹਾਂ ਮੈਂ ਨਗਦ ਦੇ ਦਿੰਦਾ ਲੈ ਚੋ ਨੀ ਆ ਲੈ 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 ਲੱਡੂ ਏ ਲੱਡੂ ਲੱਡੂ ਲੈ ਲੱਡੂ ਲੱਡੂ ਲੈ ਲੋ ਮਰੋ ਗਿਆ ਮੈਂ ਲੱਡੂ ਖਾਣਾ ਮੈਂ ਨਗਦ ਪੈਸੇ ਦੇ ਕੇ ਲੱਡੂ ਲਿਆ ਤੂੰ ਨਗਦ ਪੈਸੇ ਦੇ ਦੇ ਲੱਡੂ ਲੈ ਲੈ ਉਧਾਰ ਦਾ ਕੰਮ ਹੈ ਨੀ ਤੈਨੂੰ ਪਤਾ ਹੀ ਹੈ ਠੀਕ ਹੈ ਲੈ ਚੋਣੀ ਅਮਲੀਆ ਇੱਕ ਲੱਡੂ ਹੋਰ ਖਾਣਾ ਸੀ ਚੋਣੀ ਦੇ ਲੱਡੂ ਖਾ ਲੈ ਲੱਡੂ ਲੈ ਲੱਡੂ ਅੱਜ ਦਾ ਕੋਈ ਦਿਨ ਚੰਗਾ ਚੜਿਆ ਲੱਗਦਾ ਸਾਰਾ ਮਾਲ ਹੀ ਵਿਕ ਗਿਆ ਅੱਜ ਤਾਂ ਮੈਨੂੰ ਲੱਗਦਾ ਕੋਈ ਚੰਗੀ ਪਾਉਣੀ ਹੋਈ ਸੀ ਲੈ ਕੱਢ ਭਲਾ ਦੇਖ ਕਿੰਨੇ ਪੈਸੇ ਹੋਈਏ ਗਿਣ ਲਈਏ ਚਾਰ ਆਨੇ ਯਾਰ ਮਾਲ ਤਾਂ ਆਪਾਂ ਸਾਰਾ ਨਗਦ ਦਿੱਤਾ ਮੈਂ ਤਾਂ ਕਿਸੇ ਨੂੰ ਉਧਾਰ ਦਿੱਤਾ ਨੀ ਤੂੰ ਤਾਂ ਨੀ ਕਿਸੇ ਨੂੰ ਉਧਾਰ ਦੇ ਬੈਠਾ ਮੈਂ ਤੇ ਜਿੰਨੀ ਵਾਰੀ ਲੱਡੂ ਦਿੱਤੇ ਇੰਨੀ ਵਾਰੀ ਚੋਣ ਲਿੱਤੀ ਉਧਾਰ ਕੋਈ ਨੀ ਮੈਂ ਇਹੀ ਹਿਸਾਬ ਮੇਰੀ ਸਮਝ ਨੀ ਆਇਆ ਵੀ ਜਿਹਨੂੰ ਮੈਂ ਲੱਡੂ ਦਿੱਤਾ ਉਹ ਤੋਂ ਮੈਂ ਜਵਾਨੀ ਲਈ ਨਾ ਤੂੰ ਕਿਸੇ ਨੂੰ ਉਧਾਰ ਦਿੱਤਾ ਨਾ ਮੈਂ ਕਿਸੇ ਨੂੰ ਉਧਾਰ ਦਿੱਤਾ ਪੈਸੇ ਕੋਈ ਖਾਸ ਬਣੇ ਹੀ ਨੀ ਮਰੂ ਗਿਆ ਮੇਰੀ ਸਮਝ ਵੀ ਨਹੀਂ ਆਉਂਦਾ ਲੱਡੂ ਸਾਰੇ ਮੁੱਕ ਗਏ ਤੇ ਸੋਣੀ ਕੋਈ ਓਏ ਆਪਾਂ ਬਿਜ਼ਨਸ ਹੋ ਗਏ ਫੇਰ ਤੇ ਚੱਲ ਚੱਲ ਕੇ ਰੋਟੀ ਖਾਈਏ ਨਹੀਂ ਮੈਨੂੰ ਕੋਈ ਭੁੱਖ ਨਹੀਂ ਭੁੱਖ ਤਾਂ ਮੈਨੂੰ ਵੀ ਨੀ ਯਾਰ ਮੈਨੂੰ ਸਭ ਆ ਗਿਆ ਵੀ ਇਹ ਲੱਡੂਆਂ ਕੀ ਹੋਇਆ ਪਰ ਆਪਾਂ ਇਹ ਬਿਜ਼ਨਸ ਤਾਂ ਹੋ ਗਏ ਫੇਰ ਚੱਲ ਕੋਈ ਹੋਰ ਕੰਮ ਕਰੀਏ ਪ੍ਰੀਤੋਂ ਤਾਂ ਮੈਂ ਹਾਸਲ ਕਰ ਰਹੀ ਹਾਂ